सबसे पहले ये कहा था भी हम बना के आपको बेशक राजस्थान से भेज रहे हैं, पर हमें हमारी एक ही डिमांड है आपसे, वो डिमांड है अभी पंजाब में बीजेपी को लेके आना। आरडीएफ दा पैसे दा की मतलब आ भई वो पिंडां दी रूरल सड़कां ते सड़कां बननी उहदे नाल इहदे नाल तनखावां ना की होऊगा 1800 करोड़ रुपया जिहड़ा है वो इहदे नाल लोकां दे पंजाब ते भार पैणा है। इह सरकारां दा पट्ठा बहि गया ਇੰਡੀ ਲਾਈਨਸ ਦੀ। ਇਹ ਤਾਂ ਦੇਖਿਓ ਲੋਕ ਸੜਕਾਂ 'ਤੇ ਆਉਣਗੇ, ਕੱਲ੍ਹ ਤੱਕ ਦੇਖੋ ਤਾਂ ਸੀ ਹਜੇ ਇਹਦਾ ਰਿਐਕਸ਼ਨ। ਇਹ ਲੱਕ ਜਿਹੜਾ ਹੈ ਉਹ ਗਰੀਬ ਆਦਮੀ ਦਾ ਭਗਵੰਤ ਮਾਨ ਸਰਕਾਰ ਨੇ ਅੱਜ ਤੋੜਿਆ ਹੈ ਸਵੇਰੇ ਸਵੇਰੇ, ਤਾਂ ਤੁਹਾਡਾ ਇੰਡੀ ਅਲਾਇੰਸ ਆ। ਤੁਸੀਂ ਕਾਂਗਰਸ ਅਤੇ ਆਮ ਆਦਮੀ ਤੁਸੀਂ ਇਕੱਠੇ ਹੋ, ਡਰਾਮਾ ਕਰ ਰਹੇ ਹੋ, ਹੁਣ ਹਰਿਆਣੇ 'ਚ ਅਲਾਇੰਸ ਦੀ ਗੱਲ ਤੁਹਾਡਾ ਲੀਡਰ ਕਰ ਰਹੇ ਆ, ਪਰ ਤੁਸੀਂ ਜੇ ਪੰਜਾਬ ਦਾ ਫਾਇਦਾ ਕਰਨਾ ਤਾਂ ਸੈਂਟਰ ਦੇ ਨਾਲ ਆ ਕੇ ਗੱਲ ਕਰੋ। ਰਾਜ ਸਭਾ ਸਾਂਸਦ ਰਵਨੀਤ ਬਿੱਟੂ ਹਮਾਰੇ ਸਾਥ ਬਾਤਚੀਤ ਕਰਨੇ ਕੇ ਲਈ ਮੌਜੂਦ ਹੈ। ਸੰਸਦ ਭਵਨ ਮੇਂ ਉਪਚਾਰਿਕ ਤੌਰ ਪਰ ਆਜ ਸ਼ਪਥ ਗ੍ਰਹਿਣ ਕੀਆ ਹੈ, ਕਿਸ ਤਰੀਕੇ ਸੇ ਦੇਖਤੇ ਹੈਂ ਬਿੱਟੂ ਜੀ, ਜ਼ਿੰਮੇਦਾਰੀ ਅਬ ਰਾਜਸਥਾਨ ਕੀ ਵੀ ਉਤਨੀ ਹੋਗੀ ਜਿਤਨੀ ਪੰਜਾਬ ਕੀ ਥੀ? ਦੇਖੋ ਸਭਸੇ ਪਹਿਲੇ ਤੋਂ ਮੈਂ ਰਾਜਸਥਾਨ ਕੇ ਸਾਰੇ ਜਿਤਨੇ ਵੀ ਹਮਾਰੇ MLA ਸਾਹਿਬਾਨ ਹੈ, ਹਮਾਰੇ ਮੰਤਰੀ ਸਾਹਿਬਾਨ, ਚੀਫ ਮਿਨਿਸਟਰ ਸਾਹਿਬ, ਔਰ ਖਾਸ ਤੌਰ 'ਤੇ ਹਮਾਰੀ ਲੀਡਰਸ਼ਿਪ, ਔਰ ਖੁਸ਼ੀ ਕੀ ਬਾਤ ਯੇ ਹੈ, ਚਾਹੇ ਮੈਂ ਲੋਕ ਸਭਾ ਮੇਂ ਥਾ, ਵਹਾਂ ਪੇ MP ਬਨਤਾ ਥਾ, ਲੇਕਿਨ ਜੋ ਸਪੀਕਰ ਕੀ ਕੁਰਸੀ ਹੈ ਵਹਾਂ ਪੇ ਓਮ ਬਿਰਲਾ ਜੀ, ਵੋ ਵੀ ਰਾਜਸਥਾਨ ਕੇ, ਔਰ ਅਗਰ ਆਜ ਸ਼ਬਦ ਲੈਨੇ ਗਏ ਰਾਜ ਸਭਾ ਕੀ, ਤੋ ਵੋ ਵੀ ਹਮਾਰੇ ਦੇਸ਼ ਕੇ ਵਾਈਸ ਪ੍ਰੈਜ਼ੀਡੈਂਟ, ਹਮਾਰੇ ਚੇਅਰਮੈਨ ਜਿਨ੍ਹੋਂ ਨੇ ਓਹ ਦਿਲਵਾਈ, ਵੋ ਵੀ ਰਾਜਸਥਾਨ ਸੇ ਹੈ। ਤੋ ਇਸ ਲਈ ਆਪ ਦੇਖੋ ਵੀ ਰਾਜਸਥਾਨ ਔਰ ਮੇਰੇ ਜੈਸੇ ਇੱਕ BJP ਕੇ ਜੋ ਬਹੁਤ ਅਭੀ ਨਏ ਐਂਟਰੀ ਹੋਈ ਹੈ, ਤੋ ਉਸੇ ਮੌਕਾ ਮਿਲਾ ਹੈ ਪਾਰਲੀਮੈਂਟ ਮੇਂ ਜਾਣੇ ਕਾ, ਵੋ ਵੀ ਰਾਜਸਥਾਨ ਸੇ। ਤੋ ਰਾਜਸਥਾਨ ਇੱਕ ਤੋ ਬਹੁਤ ਬੜਾ ਮੌਕਾ BJP ਨੇ ਔਰ BJP ਕੀ ਲੀਡਰਸ਼ਿਪ ਨੇ ਰਾਜਸਥਾਨ ਕੋ ਦਿਆ ਹੈ, ਔਰ ਜੋ ਆਪਨੇ ਕਿਹਾ ਵੀ ਜ਼ਿੰਮੇਵਾਰੀ, ਰਾਜਸਥਾਨ ਇੱਕ ਧਰਤੀ ਹੀ ਐਸੀ ਹੈ, ਵਹਾਂ ਕੇ ਲੋਕ ਐਸੇ ਹੈ, ਵੋ ਖੁਦ ਪਿਆਰ, ਬਰੇਵਰੀ, ਕਲਚਰ, ਫੂਡ, ਹਰ ਚੀਜ਼ ਉਨਕਾ ਮਾਨਾ ਹੁਆ ਹੈ। ਚਾਹੇ ਵੋ ਦਿਹਾਤ ਕੀ ਬਾਤ ਕਰੇ, ਉਤਨੇ ਹੀ ਸਿੰਪਲ, ਉਤਨੇ ਹੀ ਸਹਿਨਸ਼ੀਲਤਾ ਵਾਲੇ ਸਿੱਧੇ ਲੋਕ ਹੈ। ਅਗਰ ਮੈਂ ਸ਼ਹਿਰੋਂ ਕੀ ਬਾਤ ਕਰੂੰ, ਤੋ ਆਜ ਇੰਡੀਆ ਜਾਂ ਦੁਨੀਆ ਮੈਂ ਐਸਾ ਕੋਈ ਸ਼ਹਿਰ ਨਹੀਂ ਹੋਗਾ ਜਹਾਂ ਪੇ ਹਮਾਰੇ ਮਾਰਵਾੜੀ ਜਾਂ ਹਮਾਰੇ ਰਾਜਸਥਾਨੀ ਜਿਨ੍ਹੋਂ ਨੇ ਆਪਣਾ ਹਰ ਬਿਜ਼ਨਸ ਮੇਂ ਨਾਮ ਨਾ ਕਮਾਇਆ। ਤੋ ਇਸ ਲਈ ਆਜ ਰਾਜਸਥਾਨ ਮੇਂ ਮੁੱਖ ਮੰਤਰੀ ਬਹੁਤ ਅੱਛਾ ਕਾਮ ਕਰ ਰਹੇ ਹੈ। ਤੋ ਆਜ ਹੀ ਮੁਝੇ ਪਹਿਲੀ ਬਾਤ ਵਾਈਸ ਪ੍ਰੈਜ਼ੀਡੈਂਟ ਸਾਹਿਬ, ਕਿਉਂਕਿ ਪਹਿਲਾ ਪਿਆਰ ਚਾਹੇ ਉਦੇਸ਼ ਕੇ ਮਾਲਕ ਹੈ, ਪਰ ਪਹਿਲਾ ਪਿਆਰ ਉਨਕਾ ਰਾਜਸਥਾਨ ਕੇ ਲਈ, ਉਹਨੇ ਕਿਹਾ ਆਜ ਹੀ MP ਬਨੇ ਹੋ ਤੋ ਸਾਰਾ ਜੋ ਰਾਜਸਥਾਨ ਕਾ MP ਲੈਂਡ ਫੰਡ ਹੋਗਾ ਵੋ ਸਾਰਾ ਕਾ ਸਾਰਾ ਰਾਜਸਥਾਨ ਖਰਚ ਹੋਣਾ ਚਾਹੀਏ, ਮਤਲਬ ਇੱਕ ਚਾਹੇ ਉਹ ਕੁਛ ਵੀ ਰਕਮ ਨਹੀਂ ਹੋਤੀ, ਲੇਕਿਨ ਯਹਾਂ ਸੇ ਪਤਾ ਚਲਤਾ ਹੈ ਵੀ ਰਾਜਸਥਾਨ ਸੇ ਇਹ ਲੋਕ ਕਿਤਨਾ ਜੁੜੇ ਹੋਏ ਹੈ। ਔਰ ਜੋ ਵੀ ਮੇਰੇ ਪਾਸ ਮਹਿਕਮਾ ਹੈ, ਮੈਨੇ ਪਹਿਲੇ ਵੀ ਕਿਹਾ ਹੈ, ਚਾਹੇ ਉਹ ਰੇਲਵੇ ਕਾ ਹੋ, ਚਾਹੇ ਫੂਡ ਪ੍ਰੋਸੈਸਿੰਗ ਕਾ ਹੋ, ਕੋਈ ਕਮੀ ਰਾਜਸਥਾਨ ਮੇਂ ਨਹੀਂ ਛੋੜੀ ਜਾਏਗੀ। ਚਾਹੇ ਕੋਈ ਛੋਟੇ ਤੇ ਸੋਚਾ ਸਟੇਸ਼ਨ ਹੈ, ਚਾਹੇ ਕੋਈ ਵਹਾਂ ਪੇ ਡਬਲਿੰਗ ਲਾਈਨ ਕਰਨੀ ਹੈ, ਚਾਹੇ ਵੋ ਇਲੈਕਟ੍ਰੀਫਿਕੇਸ਼ਨ ਕਰਨੀ ਹੈ, ਇਹ ਸਭ ਚੀਜ਼ੇ ਵਹਾਂ ਪੇ ਕੀ ਜਾਏਗੀ। ਔਰ ਦੂਸਰੀ ਬਾਤ, ਜਿਸ ਦਿਨ ਮੈਂ ਵਹਾਂ ਸੇ MP ਚੁਣਾਵ ਲੜਨੇ ਗਿਆ ਥਾ,
तो मुझे तकरीबन सारे बीजेपी के एमएलओ ने सबसे पहले ये कहा था भी हम बना के आपको बेशक राजस्थान से भेज रहे हैं, पर हमें हमारी एक ही डिमांड है आपसे, वो डिमांड है भी पंजाब में बीजेपी को लेके आना। ऑन रिकॉर्ड उन्होंने ये बात सारों ने कही थी और मैं वो जिम्मेवारी समझता हूँ और बहुत मजबूती से वो जिम्मेदारी निभाऊंगा। पंजाब ने क्या जिक्र किया आपने? पंजाब में आज कैबिनेट ने फैसला लिया है और पेट्रोल और डीजल पे कुछ पैसे बढ़ने से लोगों के जेब पर बहुत बड़ा प्रभाव पड़ने वाला है। थोड़ा चैनल बहुत बार मैं ये गल कही भी बिल्कुल पंजाब दे कोल अगस्त महीने तो तक दियां तनखावां देण नूं पैसा नहीं। अज सितंबर दा जिहड़ी ओह दूजा हफ्ता आउण वाला एक किसे नूं मुलाजम नूं तनखाह नहीं मिली ते सारा ओह तनखावां देण लई इह सारा जुगाड़ कीता जा रिहा ते जिहड़े कहिंदे सी मतलब आही पार्लीमेंट च इन्हां दे एमपी ये गल कह रहे सी भी डीजल पेट्रोल दे बारे बहुत बजट ते गल्लां कीतियां उन्होंने। अज मैं वो मैंबर पार्लीमेंटा नूं भी पुछना चाहुंदा जिहड़े आम आदमी पार्टी दे ते इंडी अलायंस दे कांग्रेस वाले, अज दसो सब तो महंगा रेट कित्थे वधाया, किहड़ी स्टेट ने वधाया? वह पंजाब ने वधाया जिहदे तों तकरीबन इन्हां ने बिजली दी गल उहदे उत्ते भी जिहड़ा ओह भी सिर्फ ਨੰਬਰਾਂ ਦੀ ਖੇਡ ਰਹਿ ਗਈ, ਹੁਣ ਸਭ ਨੂੰ ਬਿੱਲ ਲੱਗਣਗੇ 1800 ਕਰੋੜ ਰੁਪਈਆ ਜਿਹੜਾ ਏ ਉਹ ਇਹਦੇ ਨਾਲ ਲੋਕਾਂ ਦੇ ਪੰਜਾਬ ਤੇ ਭਾਰ ਪੈਣਾ ਏ। ਇਹ ਆ ਆਮ ਆਦਮੀ ਦੀ ਸਰਕਾਰ। ਪਾਰਟੀ ਕਹਿ ਰਹੀ ਹੈ ਕਿ ਕੇਂਦਰ ਪੈਸਾ ਨਹੀਂ ਦੇ ਰਹੀ, ਆਰਡੀਐਫ ਦਾ ਪੈਸਾ ਰੁਕ ਰੱਖਾ ਹੈ, ਇਸ ਲਈ ਹਮੇ ਐਸਾ ਕਰਨਾ ਪੜਾ। ਕੀ ਕਰਨਾ ਪਿਆ ਵੀ ਲੋਕਾਂ ਦੇ ਭਾਰ ਪਾਉਣਾ ਪਿਆ? ਬਈ ਆਰਡੀਐਫ ਦਾ ਪੈਸਾ ਮਤਲਬ ਹੱਸ ਇਹੀ ਤਾਂ ਗੱਲ ਨਾ ਵੀ ਇਹ ਕਿਹਨੂੰ ਬੇਵਕੂ ਬਣਾਉਂਦੇ ਆ। ਮੈਂ ਮੰਨ ਗਿਆ ਵੀ ਆਪ ਇਹ ਬੇਵਕੂਫ ਬਣਾਉਣਾ ਚਾਹੁੰਦੇ ਆ ਲੋਕਾਂ ਨੂੰ, ਪਰ ਲੋਕ ਬਣਨੇ ਨਹੀਂ ਗੇ। ਆਰਡੀਐਫ ਦਾ ਪੈਸੇ ਦਾ ਕੀ ਮਤਲਬ ਆ? ਬਈ ਉਹ ਪਿੰਡਾਂ ਦੀ ਰੂਰਲ ਸੜਕਾਂ ਤੇ ਸੜਕਾਂ ਬਣਨੀਆਂ, ਉਹਦੇ ਨਾਲ ਇਹਦੇ ਨਾਲ ਤਨਖਾਹਾਂ ਨਾਲ ਕੀ ਹੋਊਗਾ? ਦੇਖੋ ਨਾ ਉਹ ਜਿਹੜਾ ਪੈਸਾ ਇਹ ਜੀ ਕਹਿ ਰਹੇ ਆ ਉਹ ਤਾਂ ਰੂਰਲ ਰੋਡਸ ਬਣਾ ਉਹਦੇ ਨਾਲ ਬਣਨੀਆਂ, ਸੜਕਾਂ ਬਣਨੀਆਂ, ਇਹ ਤਨਖਾਹਾਂ ਦੀ ਇਹ ਜਿਹੜਾ ਜੁਗਾੜ ਕੀਤਾ ਜਾ ਰਿਹਾ ਇਹ ਸਿਰਫ ਤੇ ਸਿਰਫ ਰੋਜ਼ ਦਾ ਖਰਚਾ ਜਿਹੜਾ ਇਹ ਸਰਕਾਰਾਂ ਦਾ ਪੱਠਾ ਬਹਿ ਗਿਆ ਇੰਡੀ ਅਲਾਇੰਸ ਦੀ। ਹਿਮਾਚਲ 'ਚ ਕੀ ਹੋ ਰਿਹਾ? ਉਹ ਕਹਿੰਦੇ ਜੀ ਤਨਖਾਹਾਂ ਬੰਦ ਕਰ ਦੋ ਮਹੀਨੇ ਦੀਆਂ ਤਾਂ ਤਨਖਾਹਾਂ ਮੁਲਾਜ਼ਮਾਂ ਦੀਆਂ ਦੇ ਸਕਾਂਗੇ। ਦੂਜੇ ਪਾਸੇ ਕੀ ਹੋ ਰਿਹਾ? ਉਹ ਕਹਿੰਦੇ ਜੀ ਲਾ ਦਿਓ ਬਿੱਲ ਜਿੰਨਾ ਲਾ ਸਕਦੇ ਹਾਂ। ਅੱਜ ਅਚਾਨਕ ਦੇਖੋ ਇੰਨੀ ਹਿੰਮਤ ਸੀ, ਜੇ ਇੰਨਾ ਚੰਗਾ ਫੈਸਲਾ ਸੀ ਤਾਂ ਸੈਸ਼ਨ ਚੱਲ ਰਿਹਾ ਸੀ ਇੱਕ ਦਿਨ ਪਹਿਲਾਂ, ਸੈਸ਼ਨ ਦੌਰਾਨ ਕਿਉਂ ਨਹੀਂ ਕੀਤਾ? ਕਿਉਂ ਨਹੀਂ ਸੈਸ਼ਨ ਜਦੋਂ ਖਤਮ ਹੋ ਗਿਆ ਅਤੇ ਅੱਜ ਸਵੇਰੇ ਬਿਜਲੀ ਦਾ ਅਤੇ ਤੇਲ ਡੀਜ਼ਲ ਦਾ ਰੇਟ ਵਧਾ ਤਾ? ਇਹ ਤਾਂ ਦੇਖਿਓ ਲੋਕ ਸੜਕਾਂ 'ਤੇ ਆਉਣਗੇ, ਕੱਲ੍ਹ ਤੱਕ ਦੇਖੋ ਤਾਂ ਸੀ ਹਜੇ ਇਹਦਾ ਰਿਐਕਸ਼ਨ। ਇਹਦਾ ਤਾਂ ਜਦੋਂ ਪਤਾ ਲੱਗਣਾ ਹੈ ਵੀ ਇੱਕ ਥ੍ਰੀ ਵੀਲਰ ਵਾਲਾ ਸਕੂਟਰ ਵਾਲਾ ਉਹ ਕਿੱਥੋਂ ਹਰ ਚੀਜ਼ ਦਾ ਟਿਕਟ ਦਾ ਰੇਟ ਵਧੇਗਾ, ਹਰ ਜਿਹੜੀ ਵੀ ਚੀਜ਼ ਮੈਨੂਫੈਕਚਰ ਹੋ ਕੇ ਆਉਂਦੀ ਆ ਉਹ ਆਖਰ ਡੀਜ਼ਲ ਪੈਟਰੋਲ ਦੇ ਨਾਲ ਹੀ ਡਿਪੂ 'ਤੇ ਪਹੁੰਚਣੀ ਆ, ਦੁਕਾਨ 'ਤੇ ਪਹੁੰਚਣੀ ਆ। ਇਕੱਲੀ ਇਕੱਲੀ ਚੀਜ਼ 'ਤੇ ਜਦੋਂ ਸਟਿੱਕਰ ਬਦਲਣੇ ਆ ਨਾ, ਰੁਪਏ ਦੀ ਜਗ੍ਹਾ 2 ਰੁਪਏ ਅਗਲੇ ਨੇ ਸਾਬਣ ਦੀ ਟਿੱਕੀ 'ਤੇ ਵਧਾ ਦੇਣਾ ਹੈ, ਅਗਲੇ ਨੇ 100 ਰੁਪਈਆ ਹੈ ਜਿਹੜਾ ਉਹ ਵਧਾ ਦੇਣਾ ਹੈ ਕੁਇੰਟਲ ਦੀ ਚੀਨੀ ਦੀ ਬੋਰੀ 'ਤੇ ਜਾਂ ਹੋਰ ਕਿਸੇ 'ਤੇ, ਕਿਉਂਕਿ ਸਾਰਾ ਭਾੜਾ ਜਦੋਂ ਡੀਜ਼ਲ ਪੈਟਰੋਲ ਵੱਧ ਗਿਆ ਤਾਂ ਸਾਰਾ ਕੁਛ ਹੀ ਵੱਧ ਗਿਆ। ਇਸ ਕਰਕੇ ਇਹ ਲੱਕ ਜਿਹੜਾ ਹੈ ਉਹ ਗਰੀਬ ਆਦਮੀ ਦਾ ਭਗਵੰਤ ਮਾਨ ਸਰਕਾਰ ਨੇ ਅੱਜ ਤੋੜਿਆ ਹੈ ਸਵੇਰੇ ਸਵੇਰੇ। ਇੱਕ ਆਖਰੀ ਕਮੈਂਟ ਮੈਂ ਲੈਣਾ ਚਾਹੂੰਗਾ ਆਪਸੇ, ਨਿਰਵਿਰੋਧ ਜੀਤੇ ਹੈ ਔਰ ਜਿਸ ਤਰੀਕੇ ਸੇ ਆਪਕੇ ਸਾਥੀ ਜੋ ਕਾਂਗਰਸ ਮੇਂ ਰਹਿ ਗਏ ਵੋ ਕਾਫੀ ਸਵਾਲ ਉਠਾ ਰਹੇ ਥੇ
कि भाई इसको मंत्री बना दिया, ये राज्यसभा बना दिया, अब ये जीतेगा कैसे? आप जीते भी और निर्विरोध जीते, उन तमाम विरोधियों के लिए कुछ कमेंट करना चाहेंगे? रवनीत बिट्टू मंत्री भी हैं और राज्यसभा सांसद भी। मैं तो सिर्फ इन्ना ही कहूँगा भी, मैं पहला भी कहा सी पंजाब च लोगों भी, मैं जे जा रहे हैं तो पंजाब दे लई जा रहे हैं, पंजाब दे लई हिस्सा मिल सके, पंजाब दी मिनिस्ट्री च हिस्सा मिल सके, वो बीजेपी ने निभाता, बीजेपी ने करके दिखाता। हुण गल ओपोजिशन दी तो यह आ भी मैं इन्ना ही कह सकदा उन्हां नूं एज ए सरकार दे विच भी भाई रल के पंजाब दा कुछ कर लो, क्योंकि थोड़े कल्ले बयानबाजियां नाल लोकां दा कुछ बनना नहीं। जे तुसी वाकई लोकां दा कुछ चाहुंदे हो तो तुहाडा इंडी अलायंस आ, तुसी कांग्रेस ते आम आदमी तुसी इकट्ठे हो, ड्रामा कर रहे हो, हुण हरियाणे च अलायंस दी गल तुहाडा लीडर कर रहा, तुसी है इकट्ठे, पर तुसी जे पंजाब दा फायदा करना ਤਾਂ ਸੈਂਟਰ ਦੇ ਨਾਲ ਆ ਕੇ ਗੱਲ ਕਰੋ, ਸੈਂਟਰ ਦੀਆਂ ਮਿਨਿਸਟਰੀਆਂ ਨਾਲ ਗੱਲ ਕਰੋ, ਸੈਂਟਰ ਦੀ ਲੀਡਰਸ਼ਿਪ ਨਾਲ ਗੱਲ ਕਰੋ, ਬੀਜੇਪੀ ਦੀ ਐਨਡੀਏ ਦੀ ਸਰਕਾਰ ਨਾਲ ਗੱਲ ਕਰੋ। ਜੇ ਤੁਸੀਂ ਪੱਠਾ ਬਿਠਾਉਣਾ ਚਾਹੁੰਦੇ ਹੋ, ਜੇ ਤੁਸੀਂ ਜਾਣ ਕੇ ਪੰਜਾਬ ਨੂੰ ਤਬਾਹ ਕਰਨਾ ਚਾਹੁੰਦੇ ਹੋ, ਫਿਰ ਜੋ ਖੇ ਖਵਾਰ ਕਰੀ ਰਹੇ ਹੋ ਡਰਾਮਾ, ਦੇਖੋ ਉੱਤੇ ਤਾਂ ਰਾਹੁਲ ਗਾਂਧੀ ਕਹਿ ਰਹੇ ਆ ਵੀ ਅਸੀਂ ਅਲਾਇੰਸ ਕਰਨਾ, ਉੱਥੇ ਉਹ ਤਮਾਸ਼ਾ ਹੈ ਜਿਹੜਾ ਕੀ ਕਰ ਰਹੇ ਆ। ਅਤੇ ਫਿਰ ਭਾਈ ਇਹ ਰਲੇ ਹੋਏ ਨਹੀਂ ਤਾਂ ਇੱਕ ਵੀ, ਜਦੋਂ ਭਗਵੰਤ ਮਾਨ ਸਾਹਿਬ ਉੱਠ ਕੇ ਖੜੇ ਹੋਏ ਆ ਕੱਲ, ਇੱਕ ਵੀ ਮੂਹਰਿਓਂ ਬੰਦਾ ਸੁਸਰੀ ਵਾਂਗੂ ਸੌ ਜਾਂਦੇ ਆ ਮੂਹਰਿਓਂ, ਪਤਾ ਨਹੀਂ ਕਿਸ ਗੱਲ ਦਾ ਡਰ ਆ। ਕੋਈ ਵੀ ਗੱਲ ਆ ਜਿਹੜੀ, ਚਾਹੇ ਉਹ ਕੋਈ ਇਹਨਾਂ ਦਾ ਲੀਡਰ ਹੋਵੇ ਨਹੀਂ ਕਰਦਾ, ਮੀਡੀਆ 'ਚ ਬਾਹਰ ਆ ਕੇ ਬੜੀਆਂ ਬੜੀਆਂ ਗੱਲਾਂ ਕਰਨਗੇ, ਪਰ ਜਦੋਂ ਉਹਨਾਂ ਨੇ ਕਿਹਾ ਵੀ ਭਾਈ ਇੱਥੇ ਬੋਲੋ, ਕਿਸੇ ਦੇ ਕੋਲ ਕੋਈ ਗੱਲ ਨਹੀਂ ਗੀ, ਕਿਸੇ ਕੋਲ ਕੋਈ ਵਿਧਾਨ ਸਭਾ 'ਚ ਕੋਈ ਮੁੱਦੇ ਦੀ ਗੱਲ ਨਹੀਂ ਕੀਤੀ ਕਿਸੇ ਨੇ ਕੋਈ ਮੁੱਦਾ ਉਠਾਇਆ ਨਹੀਂ, ਬਾਹਰ ਆ ਕੇ ਮੀਡੀਆ ਦੇ ਵਿੱਚ ਸਿਰਫ ਉੱਥੇ ਬਿਆਨਬਾਜ਼ੀ ਕਰਦੇ ਰਹਿੰਦੇ ਆ, ਪਰ ਜਦੋਂ ਮੂਹਰੇ ਬਹਿਣਾ ਹੈ ਫਿਰ ਉੱਥੇ ਡਰ ਲੱਗਦਾ ਹੈ। ਗੱਲ ਤਾਂ ਦੂਜੀ ਆ ਨਾ, ਕੋਈ ਇਹ ਵੀ ਬੋਲਿਆ ਨਹੀਂ। ਮੈਂ ਤਾਂ ਇਸ ਗੱਲ 'ਤੇ ਹੈਰਾਨ ਹਾਂ, ਸਰਕਾਰ ਜਿਹੜੀ ਭੱਜੀ ਆ ਭਗਵੰਤ ਮਾਨ ਸਾਹਿਬ ਦੀ, ਜਿਹੜਾ ਕਾਰਪੋਰੇਸ਼ਨ ਦੀਆਂ ਇਲੈਕਸ਼ਨਾਂ ਕਰਾਉਣੋਂ ਅੱਜ ਤੱਕ ਹੈਰਾਨ ਹੋ ਜਾਓਗੇ, 3-3 ਸਾਲ ਹੋ ਗਏ ਕਿਸੇ ਸ਼ਹਿਰ 'ਚ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੋਈ, ਇਹਦਾ ਜਵਾਬ ਕੌਣ ਦਊਗਾ? ਅੱਜ ਬਿਲਕੁਲ ਪੱਠਾ ਬੈਠਾ ਪਿਆ। ਅੱਜ MLA ਜਿੰਨਾ MLA ਆਪ ਦੀ ਸਰਕਾਰ ਦੇ ਜੋ ਕੁਛ ਮੰਤਰੀਆਂ ਦੇ ਅਗੇਂਸਟ ਉਹ ਬੋਲੇ ਆ, ਉਹਨਾਂ ਤਾਂ ਓਪੋਜੀਸ਼ਨ ਵਾਲੇ ਨਹੀਂ ਬੋਲੇ। ਨਾਨਿਆਂ ਦੇ ਬਾਤਚੀਤ ਕਰਨੇ ਕੇ ਤਬ ਸੁਣ ਲੇਤਾ ਰਵਨੀਤ ਬਿੱਟੂ ਕੋ ਸਾਫ ਤੌਰ ਪਰ ਰਾਜ ਸਭਾ ਕੇ ਉਮੀਦਵਾਰ ਥੇ, ਚੁਣਾਵ ਲੜੇ, ਨਿਰਵਿਰੋਧ ਜੀਤੇ ਔਰ ਆਜ ਉਹਨੇ ਉਪਚਾਰਿਕ ਤੌਰ ਪਰ ਸ਼ਪਥ ਵੀ ਲੈ ਲਈ। ਤਮਾਮ ਮੁੱਦੇ ਪੇ ਨਿਊਜ਼ 18 ਕੇ ਸਾਥ ਉਹਨਾਂ ਨੇ ਖਾਸ ਬਾਤਚੀਤ ਵੀ ਕੀ। ਦਿੱਲੀ ਸੇ ਕੈਮਰਾਮੈਨ ਰਵਿੰਦਰ ਕੇ ਸਾਥ ਮੈਂ ਰਵੀ ਮਿਸ਼ਰਾ, ਨਿਊਜ਼ 18।